ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਇੱਕ ਹੋਰ ਪਿਆਰਾ ਜਿਹਾ ਲੋਕ ਗੀਤ ਮੈਂ ਤੁਹਾਨੂੰ ਅੱਜ ਸੁਣਾਵਾਂਗੀ ਜੀ ਇੱਕ ਲੋਕ ਗੀਤ ਸ਼ੁਰੂ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਅਸੀਂ ਮਸਤੂਆਣਾ ਸਾਹਿਬ ਜਾਂ ਢੀ ਸਰ ਸਾਹਿਬ ਟਾਲੀਆਣਾ ਸਾਹਿਬ ਕਿਤੇ ਵੀ ਅਸੀਂ ਜਦੋਂ ਜਾਣਦੇ ਆ ਜੀ ਤਾਂ ਬਹੁਤ ਸਾਰੀਆਂ ਬੀਬੀਆਂ ਪਛਾਣ ਲੈਂਦੀਆਂ ਵਿਚਾਰੀਆਂ ਤੇ ਉਹ ਇੱਕ ਦੂਜੇ ਨੂੰ ਕਹਿਣ ਲੱਗ ਜਾਂਦੀਆਂ ਇਹ ਵੀਰਪਾਲ ਹੈ ਵੀਰਪਾਲ ਮੇਰੀ ਸਾਰੀਆਂ ਬੀਬੀਆਂ ਨੂੰ ਬੇਨਤੀ ਹੈ ਜੀ ਜੇ ਤੁਸੀਂ ਜਾਣਦੇ ਹੁੰਦੇ ਆ ਨਾ ਆ ਕੇ ਜਰੂਰ ਬੁਲਾ ਲਿਆ ਕਰੋ ਬੁਲਾ ਵੀ ਲੈਂਦੇ ਆ ਕਈ ਤੇ ਕਈ ਸੰਗ ਜਾਂਦੇ ਆ ਫਿਰ ਮੋਂਨਾਂ ਨੂੰ ਮੇਰੀ ਕੋਸ਼ਿਸ਼ ਹੁੰਦੀ ਆ ਵੀ ਮੈਂ ਬਾਏ ਕੁਛ ਏਦਾਂ ਕਹਿ ਦੇਵਾਂ ਉਹ ਮੈਨੂੰ ਦੇਖ ਲੈਂਦੇ ਹੁੰਦੇ ਆ ਤੇ ਤੁਸੀਂ ਇਹ ਤੁਹਾਡੀ ਮੈਂ ਆਪਦੀ ਧੀ ਆ ਜੀ ਭੈਣਾਂ ਜਦੋਂ ਵੀ ਤੁਹਾਨੂੰ ਲੱਗੇ ਮੈਨੂੰ ਬੁਲਾਇਆ ਕਰੋ ਮੇਰਾ ਸੁਭਾਅ ੜਬਣੀ ਹੈਗਾ ਜਿੰਨਾ ਤੁਸੀਂ ਸੋਚਦੇ ਮੈਨੂੰ ਬਹੁਤ ਪਿਆਰ ਆ ਆਪਦੀਆਂ ਬੀਬੀਆਂ ਭੈਣਾਂ ਨਾਲ ਜਦੋਂ ਮੈਂ ਪਿੰਡਾਂ ਚ ਏਦਾਂ ਲੋਕ ਗੀਤ ਇਕੱਠੇ ਕਰਨ ਜਾਂਦੀ ਆ ਜਿਹੜਾ ਉਹਨਾਂ ਦਾ ਸਤਕਾਰ ਹੈ ਨਾ ਪਤਾ ਨਹੀਂ ਸ਼ਾਇਦ ਉਹੀ ਮੈਨੂੰ ਇਸ ਮਿੱਟੀ ਨਾਲ ਇਸ ਮਾਂ ਬੋਲੀ ਨਾਲ ਇਹਨਾਂ ਲੋਕ ਗੀਤਾਂ ਨਾਲ ਜੋੜੀ ਬੈਠਾ ਹੈ ਤੇ ਸ਼ਾਇਦ ਜੋੜੀ ਰੱਖੂਗਾ ਸਦਾ ਕਿਉਂਕਿ ਇਹਨਾਂ ਤੋਂ ਦੂਰ ਹੋਣਾ ਮੇਰੇ ਲਈ ਬਹੁਤ ਔਖਾ ਏ ਜੀ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰੂੰਗੀ ਮੈਂ ਇਸ ਚੀਜ਼ ਨਾਲ ਜੁੜੀ ਰਵਾਂ ਤੇ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਦੀ ਰਵਾਂ ਤੁਹਾਡੇ ਤੱਕ ਲੋਕ ਗੀਤ ਬੋਲੀਆਂ ਪਹੁੰਚਾਉਂਦੀ ਰਵਾਂ ਸਗੀ ਕੜਾਵਣ ਮੈਂ ਚੱਲੀ ਮੈਨੂੰ ਕਰ ਸੁਣਿਆ ਰੇਦਾ ਤਾਰੇ ਸੁਣਿਆ ਰੇਦਾ ਦਸ ਵੇ ਵੇ ਮੇਰੀ ਬੁਰੀ ਵੇ ਸੁਣੀ ਦੀ ਬੁਰੀਓ ਸੁਣੀ ਦੀ ਸੱਸ ਵੇ ਵੇ ਮੈਨੂੰ ਕੱਲ ਰਹਾ ਵੇ ਲੜੀ ਲੱਰ ਰਹਾ ਵੇ ਲੜੀ ਛਤ ਵੇ ਮੈਨੂੰ ਮਾਪਿਆਂ ਤੋਂ ਲਾਡਲੀ ਮਾਪਿਆਂ ਤੋਂ ਲਾਡਲੀ ਤੂੰ ਰੱਖ ਵੇ ਵੇ ਨਹੀਂ ਤਾਂ ਵਿਆਨਾ ਕਰਾਈ वे नईताँ व्याणा कुरामी वे गजरे कडामन मैं चली मैनु कार सूने आरेदा ਕਾਰ ਸੁਣੀਆ ਰੇ ਦਾ ਦਸਵੇਂ ਵੇ ਮੇਰੀ ਬੁਰੀਓ ਸੁਣੀਦੀ ਬੁਰੀਓ ਸੁਣੀਦੀ ਸੱਸ ਵੇ ਵੇ ਮੈਂ ਨੂੰ ਕੱਲ ਰਹਾ ਵੇਲੀ ਕੱਲ ਰਹਾ ਵੇਲੀ ਦੀ ਛਤ ਵੇ ਵੇ ਮਾਪਿਆਂ ਤੋਂ ਲਾਡਲੀ ਵੇ ਮੈਨੂੰ ਮਾਪਿਆਂ ਤੋਂ ਲਾਡਲੀ ਮਾਪਿਆਂ ਤੋਂ ਲਾਡਲੀ ਤੂੰ ਰੱਖ ਵੇ ਨਹੀਂ ਤਾਂ ਵਿਆਹ ਨਾ ਕਰਾਵੀਂ ਵੇ ਨਹੀਂ ਤਾਂ ਵਿਆਹ ਨਾ ਕਰਾਵੀਂ ਵੇ ਜਾਲ ਚਲੇ ਆਪਣੇ ਲੈ ਚਲੀ ਆਪਣੇ ਨਾਲੇ ਵੇ ਪਾਵੇਂ ਚੰਦਰਿਆਵਾ ਤੋਂ ਚੰਦਰਿਆਵਾ ਤੋਂ ਪਾਰ ਵੇ ਅਸਾਂ ਰਹਿਣਾ ਨਾਸੂ ਦੇ पास वे साडा हो जुगा चित उदास वे नहीं ता व्याना कराई व्याना, व्याना, व्याना साडे नाल वे नहीं ਲੇ ਚਾਲੀ ਆਪਣੇ ਨਾਲ ਵੇ ਪਾਵੇਂ ਚੋਂਦ ਰਹੇ ਆ ਮਾ ਤੋਂ ਪਾਰ ਵੇ ਅਸਾਂ ਰੈਣਾ ਨਾ ਸਸੂ ਦੇ ਪਾਸ ਵੇ ਸਾਡਾ ਹੋ ਜੂਗਾ ਚਿੱਤ ਉਹ ਦਾਸ ਵੇਨੇ ਤਾਂ ਵਿਆਨਾਕਰਾਈ ਵਿਆਨਾਕਰਾਈ ਸਾਡੇ ਨਾਲ ਵੇਨੇ ਤਾਂ ਵਿਆਨਾਕਰਾਈ ਵੇ ਸੁ ਕਿਵੇਂ ਦਾ ਲੱਗਿਆ ਲੋਗੀ ਜੀ ਤੁਸੀਂ ਇੱਕ ਗੱਲ ਮਹਿਸੂਸ ਕੀਤੀ ਹੋਏ ਲੋਗੀ ਤੇ ਦੋ ਟੋਨ ਚੱਲ ਰਹੀਆਂ ਇਹ ਇੱਕ ਨਹੀਂ ਸੀਗਾ ਮਿਕਸ ਜੀ ਸੀਗੀ ਅਲੱਗ-ਅਲੱਗ ਟੋਨ 'ਚ ਦੋ ਲੋਗੀਤ ਮੈਂ ਇਕੱਠੇ ਕੀਤੇ ਸੀਗੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਜੀ ਬਹੁਤ ਵੱਖਰਾ ਜਿਹਾ ਸੀ ਵੱਖਰੇ ਜੇ ਬੋਲ ਸੀ ਵੱਖਰੇ ਜੇ ਮਨ ਦੇ ਬਲਵਲੇ ਸੀ ਉਸ ਕੁੜੀ ਦੇ ਸੋ ਸਾਰੇ ਘਰ ਵਾਲਿਆਂ ਨੂੰ ਸਾਰਿਆਂ ਦੇ ਨੂੰ ਬੇਨਤੀ ਆ ਭੈਣਾਂ ਦੇ ਵੀ ਉਹਨਾਂ ਨੂੰ ਲਾੜ ਨਾਲ ਰੱਖਿਆ ਕਰੋ ਜਿਨ੍ਹਾਂ ਮਾਪੇ ਰੱਖਦੇ ਹਨ ਉਸ ਤੋਂ ਦੁੱਗਣੇ ਲਾੜ ਨਾਲ ਉਹਨਾਂ ਨੂੰ ਰੱਖਿਆ ਕਰੋ ਹੱਕਦਾਰ ਆ ਇਸ ਦੇ ਕਿਉਂਕਿ ਉਹ ਕਹਦਾ ਘਰ ਛੱਡ ਕੇ ਆਈਆਂ ਹੁੰਦੀਆਂ ਐ ਤੁਹਾਡੇ ਘਰ ਨੂੰ ਸੰਭਾਲਦੀਆਂ ਐ ਤੁਹਾਡੇ ਘਰ 'ਚ ਵਿਚਾਰੀਆਂ ਐ ਐਡਜਸਟ ਕਰਦੀਆਂ ਐ ਹਨਾ ਤੇ ਬਹੁਤ ਸਾਰੇ ਸੁਪਨੇ ਪੂਰੇ ਵੀ ਕਰਦਿਆਂ ਤੇ ਬਹੁਤ ਸਾਰੇ ਸੁਪਨੇ ਉਹਦੇ ਦਬਾਅ ਵੀ ਲੈਂਦੀਆਂ ਐ ਸੋ ਕਿਰਪਾ ਕਰਕੇ ਭੈਣਾਂ ਦਾ ਧਿਆਨ ਰੱਖਿਆ ਕਰੋ ਤੇ ਭੈਣਾਂ ਨੂੰ ਵੀ ਬੇਨਤੀ ਆ ਜੀ ਪਰਿਵਾਰ ਨੂੰ ਇੱਕ ਲੜੀ ਦੇ ਵਿੱਚ ਪਰੋ ਕੇ ਰੱਖਿਆ ਕਰੋ ਪੈਸਾ ਮਿਲ ਜੂ ਪਰ ਸਾਨੂੰ ਇਹ ਰਿਸ਼ਤੇ ਨਾਤੇ ਕਦੇ ਖਰੀਦੇ ਨਹੀਂ ਮੁੱਲ ਮਿਲਨੇ ਸੋ ਮੇਰਾ ਸਾਰਿਆਂ ਨੂੰ ਇਹੀ ਸੁਨੇਹਾ ਹੈ ਜੀ ਹੱਸੋ ਵਸੋ ਜਿਉਂਦੇ ਰਹੋ ਵਸਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ